ਸ੍ਰੀਕਾਲ ਜੀ ਮੈਂ ਤੁਹਾਡਾ ਆਪਣਾ ਲਖਵਿੰਦਰ ਸਿੰਘ ਦੇ ਦੋਸਤੋ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਆਪਾਂ ਨੂੰ ਘਬਰਾਹਟ ਹੋ ਜਾਂਦੀ ਚੱਲਦਿਆਂ ਫਿਰਦਿਆਂ ਸਾਹ ਚੜ ਜਾਂਦਾ ਜਾਂ ਕੋਈ ਛਾਤੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਤਕਲੀਫ ਹੁੰਦੀ ਹੈ ਤੇ ਆਪਾਂ ਡਾਕਟਰ ਸਾਹਿਬ ਕੋਲ ਜਾਂਦੇ ਹਾਂ ਕਿਸੇ ਵੀ ਹੋਸਪਿਟਲ 'ਚ ਜਾਂਦੇ ਹਾਂ ਤਾਂ ਡਾਕਟਰ ਸਾਹਿਬ ਨੂੰ ਮਿਲਣ ਤੋਂ ਬਾਅਦ ਦੋਸਤੋ ਇੱਕੋ ਹੀ ਟੈਸਟ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਕਰਨ ਵਾਸਤੇ ਕਹਿੰਦੇ ਨੇ ਜਿਹਨੂੰ ECG ਕਿਹਾ ਜਾਂਦਾ ਇਲੈਕਟ੍ਰੋਕਾਰਡੀਓਗ੍ਰਾਮ ਤੇ ਇਹਦੇ ਵਿੱਚ ਕਈ ਪੇਸ਼ੈਂਟ ਨੂੰ ਇਹ ਨਹੀਂ ਪਤਾ ਹੁੰਦਾ ECG ਨੋਰਮਲੀ ਹੁੰਦੀ ਕੀ ਹੈ ਕਿਵੇਂ ਕੀਤੀ ਜਾਂਦੀ ਹੈ ਤੇ ਉਹਦਾ ਫੰਕਸ਼ਨਿੰਗ ਕੀ ਹੁੰਦਾ ਹੈ ਅੱਜ ਤੁਹਾਨੂੰ ਅਸੀਂ ਕਰਕੇ ਦਿਖਾਵਾਂਗੇ ਨੋਰਮਲੀ ECG ਦੇ ਉੱਪਰ ਕਿਵੇਂ ECG ਕੀਤੀ ਜਾਂਦੀ ਹੈ ਲੀਡਸ ਕਿੱਥੇ ਕਿੱਥੇ ਲੱਗਦੀਆਂ ਨੇ ਕਿੰਨੀਆਂ ਲੀਡਸ ਹੁੰਦੀਆਂ ਨੇ ਉਹਦੀ ਸਾਰੀ ਡਿਟੇਲ ਦੱਸਾਂਗੇ ਤੁਹਾਨੂੰ ਤੇ ਉਹਦੇ ਬਾਰੇ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ECG ਕਿਵੇਂ ਕੀਤੀ ਜਾਂਦੀ ਹੈ ਤੇ ਆਓ ਆਪਾਂ ਦੇਖਦੇ ਹਾਂ ECG ECG ਦੇ ਵਿੱਚ ਦੋਸਤੋ ਲੀਡਸ ਹੁੰਦੀਆਂ ਨੇ ਜੀ ਚਾਰ ਲੀਡਸ ਹੁੰਦੀਆਂ ਨੇ ਜਿਹੜੀਆਂ ਹੱਥਾਂ ਬਾਹਾਂ ਤੇ ਲੱਤਾਂ ਤੇ ਲੱਗਦੀਆਂ ਨੇ ਜੀ ਸਾਰਾ ਕੁਝ ਲਿਖਿਆ ਹੁੰਦਾ ਇਹਦੇ ਉੱਪਰ ਲਿਖਿਆ ਹੁੰਦਾ ਲੈਫਟ ਲੈਗ LLA ਲਿਖਿਆ ਹੁੰਦਾ RA ਲਿਖਿਆ ਹੁੰਦਾ ਉਹ ਟੈਕਨੀਸ਼ੀਅਨ ਜੋ ਹੁੰਦੇ ਨੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਪੇਸ਼ੈਂਟ ਨੂੰ ਦੱਸਣ ਦੀ ਲੋੜ ਨਹੀਂ ਇਹ ਨੋਰਮਲ ਨੇ ਜੀ ਕਈ ਵਾਰੀ ਪੇਸ਼ੈਂਟ ਡਰ ਜਾਂਦਾ ਵੀ ਪਤਾ ਨਹੀਂ ECG ਕੀ ਟੈਸਟ ਹੈ ਕਿਵੇਂ ਕਰਦੇ ਨੇ ਸਭ ਕੁਝ ਲਿਖਿਆ ਹੋਇਆ ਜੀ ਉੱਪਰਲੀ ਸਕਿਨ ਦੇ ਉੱਪਰ ਹੀ ਲੱਗਦੇ ਜੀ ਅੰਦਰ ਕੁਛ ਨਹੀਂ ਐਂਟਰ ਕਰਨਾ ਹੁੰਦਾ ਕੋਈ ਪੇਨ ਨਹੀਂ ਹੁੰਦੀ ਕੋਈ ਨੋਰਮਲੀ ਪੇਸ਼ੈਂਟ ਲੇਟ ਜਾਂਦਾ ਆਣ ਕੇ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਪੇਸ਼ੈਂਟ ਨੂੰ ਲਟਾ ਕੇ ਆਰਾਮ ਨਾਲ ਔਰ ਦੋਸਤੋ ਕੁਛ ਗੱਲਾਂ ਖਿਆਲ ਰੱਖਣੇ ਨੇ ਜਿਵੇਂ ਪੇਸ਼ੈਂਟ ਦੇ ਕੋਲ ਮੋਬਾਈਲ ਨਹੀਂ ਹੋਣਾ ਚਾਹੀਦਾ ਪੇਸ਼ੈਂਟ ਦੇ ਹੱਥ ਵਿੱਚ ਕੜਾ ਹੋ ਗਿਆ ਜਿਵੇਂ ਉਹ ਨਹੀਂ ਹੋਣਾ ਚਾਹੀਦਾ ਉਤਾਰ ਲਓ ਜਾਂ ਉੱਪਰ ਕਰ ਲਓ ਜਾਂ ਉਹ ਤੇ ਕੋਈ ਰੁਮਾਲ ਵਗੈਰਾ ਬੰਨ ਲਓ ਉਹਦਾ ਮਤਲਬ ਇਹ ਹੁੰਦਾ ਕਿ ਤੁਹਾਡੀ ਜਿਹੜੀ ਇਲੈਕਟ੍ਰਿਸਿਟੀ ਹੈ ਉਹ ਉਹਦੇ ਨਾਲ ਟੱਚ ਹੋ ਜਾਂਦੀ ਬਾਡੀ ਨਾਲ ਤੇ ਜਿਹੜੀ ECG ਦੀਆਂ ਲੀਡਸ ਵਗੈਰਾ ਨੇ ਉਹ ਸਹੀ ਜਿਹੜੀ ਵੇਵ ਉਹ ਸਹੀ ਨਹੀਂ ਹੁੰਦੀ ਤੇ ਇਸ ਕਰਕੇ ਉਹ ਚੀਜ਼ਾਂ ਜਿਵੇਂ ਮੋਬਾਈਲ ਦੀ ਰੇਂਜ ਪੈ ਜਾਂਦੀ ਹੈ ਰੇਡੀਏਸ਼ਨ ਮਾਰਦਾ ਹੈ ਉਸ ਚੀਜ਼ਾਂ ਦਾ ਖਿਆਲ ਰੱਖੋ ਕਿ ਮੋਬਾਈਲ ਨਹੀਂ ਹੋਣਾ ਚਾਹੀਦਾ ਕੋਈ ਲੋਹੇ ਦੀ ਚੀਜ਼ ਨਾ ਹੋਵੇ ਤਾਂ ਜ਼ਿਆਦਾ ਬੈਟਰ ਹੈ ਚਾਬੀ ਵਗੈਰਾ ਜਿਵੇਂ ਹੁੰਦੀ ਕੋਈ ਉਹਦੇ ਵਿੱਚ ਕਈ ਵਾਰੀ ਕੁਛ ਸੈੱਲ ਵਗੈਰਾ ਹੁੰਦੇ ਨੇ ਉਹ ਇਸ ਵੇਵ ਨੂੰ ਖਰਾਬ ਨਾ ਕਰਦੇ ਇਸ ਕਰਕੇ ਚੈਸਟ ਦੇ ਉੱਪਰ ਜੋ ਵੀ ਹੇਅਰ ਨੇ ਉਹਨੂੰ ਰਿਮੂਵ ਕਰੋ ਕੋਈ ਕੱਪੜਾ ਵਗੈਰਾ ਉਹਨੂੰ ਰਿਮੂਵ ਕਰੋ ਕਲੀਨ ਹੋਣਾ ਚਾਹੀਦਾ ਵਧੀਆ ਏਰੀਆ ਹੋਣਾ ਚਾਹੀਦਾ ਲੱਗਿਆ ਲੀਡਸ ਜਿਹੜੀ ਉਹ ਪ੍ਰੋਪਰ ਟੱਚ ਹੋਵੇ ਤਾਂ ਕਿ ਜਿਹੜਾ ਟੈਸਟ ਹੈ ਤੁਹਾਡਾ ਉਹ ਵਧੀਆ ਆ ਸਕੇ ਸੋ ਟੈਸਟ ਕਰਨ ਵਾਸਤੇ ਚਾਰ ਲੀਡ ਆਏ ਨੇ ਜੀ ਅਪਰ ਲਿਪਸ ਤੇ ਲੋਅਰ ਲਿਪਸ ਦੇ ਵਾਸਤੇ ਹੱਥਾਂ ਬਾਹਾਂ ਤੇ ਪੈਰਾਂ ਵਾਸਤੇ ਲੱਤਾਂ ਦੇ ਵਾਸਤੇ ਤੇ ਇਹਨਾਂ ਨੂੰ ਆਪਾਂ ਲਾਵਾਂਗੇ ਤੇ ਇਹ ਚੈਸਟ ਦੇ ਉੱਪਰ 6 ਲੀਡਸ ਲੱਗਦੀਆਂ ਨੇ ਜੀ ਇਹ 6 ਲੀਡਸ ਹੁੰਦੀਆਂ ਨੇ ਇਹ 6 ਲੀਡਸ ਉੱਪਰਲੇ ਪਾਸੇ ਲੱਗ ਜਾਂਦੀਆਂ ਨੇ ਜੀ ਔਰ ਇੱਕ ਖਿਆਲ ਹੋਰ ਰੱਖਣ ਵਾਲਾ ਜੀ ਇਹਦੇ ਵਿੱਚ ਆਪਾਂ ਜੈਲੀ ਯੂਜ ਕਰਦੇ ਹਾਂ ਜੀ ECG ਜੈਲੀ ਹੁੰਦੀ ਹੈ ਨੋਰਮਲੀ ਜੈਲੀ ਹੁੰਦੀ ਹੈ ਜੀ ਇਹ ਇਸ ਕਰਕੇ ਲਾਈ ਜਾਂਦੀ ਤਾਂ ਕਿ ਜਿਹੜੀਆਂ ਇਹਦੇ ਲੀਡਸ ਦਾ ਅਰਥ ਹੈ ਉਹ ਮਸ਼ੀਨ ਨੂੰ ਮਿਲ ਸਕੇ ਤੇ ਮਸ਼ੀਨ ਜਿਹੜੀ ਹੈ ਉਹ ਪ੍ਰੋਪਰ ਟੈਸਟ ਕਰ ਸਕੇ ਕਈ ਵਾਰੀ ਕੀ ਇਹ 6 ਲੀਡਸ ਨੇ ਕੰਪਿਊਟਰ ਆਈ ਜਾਂ ਕਈ ਵਾਰੀ ਇੱਕ ਛੋਟੀ ਮਸ਼ੀਨ ਹੁੰਦੀ ਹੈ ਉਹਦੇ 3 ਲੀਡਸ ਵੀ ਹੁੰਦੀਆਂ ਨੇ ਸਿੰਗਲ ਲੀਡ ਵਾਲੀ ਪਹਿਲਾਂ ਹੁੰਦੀ ਸੀਗੀ ਅੱਜ ਕੱਲ੍ਹ ਤਾਂ ਤਕਰੀਬਨ ਬੰਦ ਹੀ ਹੋ ਗਈਆਂ ਨੇ ਉਹ ਤੇ ਇਹ 6 ਲੀਡਸ ਵਾਲੀ ਹੈ ਕਿਸੇ ਕੋਲ 3 ਵਾਲੀ ਵੀ ਹੁੰਦੀ ਹੈ ਉਹ ਛੋਟੀ ਮਸ਼ੀਨ ਹੁੰਦੀ ਹੈ ਇਹ 6 ਲੀਡਸ ਵਾਲੀ ਅਸੀਂ ਤੁਹਾਨੂੰ ਲਾ ਕੇ ਦਿਖਾਉਂਦੇ ਹਾਂ ਜੀ ਇਹ ਤੇ ਸਾਰਾ ਲਿਖਿਆ ਹੋਇਆ ਹੈ ਜੀ ਲੋਅਰ ਲੈਗ ਦੀ ਅਪਰ ਲੈਗ ਦੀ ਤੇ ਯੈਲੋ ਹੈ ਜੀ ਲੈਫਟ ਆਰਮ ਤੇ ਲੱਗੇਗੀ ਇਹ ਰਾਈਟ ਹੈ ਜੀ ਰੈੱਡ ਹੈ ਰਾਈਟ ਆਰਮ ਤੇ ਲੱਗੇਗੀ ਇਹ ਬਲੈਕ ਹੈ ਜੀ ਤੇ ਲੈਫਟ ਲੈਗ ਤੇ ਰਾਈਟ ਲੈਗ ਤੇ ਲੱਗੇਗੀ ਜੀ ਤੇ ਗ੍ਰੀਨ ਜਿਹੜੀ ਉਹ ਲੈਫਟ ਲੈਗ ਤੇ ਲੱਗੇਗੀ ਅਪਰ ਲਿਪਸ ਤੇ ਲੋਅਰ ਲਿਪਸ ਲਾਉਣ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਚੈਸਟ ਦੇ ਉੱਪਰ ਚੈਸਟ ਦੇ ਉੱਪਰ V4 ਤੇ ਲਾਉਣੀ ਜੀ ਆਪਾਂ ਉਸ ਤੋਂ ਬਾਅਦ ਸੈਕਿੰਡ ਜਿਹੜੀ ਹੈ ਇਹ V1 ਆਏਗੀ ਜੀ ਸੈਕਿੰਡ V2 ਫਿਰ V3 V4 V5 ਤੇ V6 6 ਲੀਡਸ ਹੁੰਦੀਆਂ ਨੇ ਜੀ ਪੇਸ਼ੈਂਟ ਕਦੇ ਵੀ ਡਰ ਜਾਂਦੇ ਨੇ ਵੀ ECG ਪਤਾ ਨਹੀਂ ਕੀ ਟੈਸਟ ਹੈ ਜੀ ECG ਦੇ ਵਿੱਚ ਕੋਈ ਘਬਰਾਉਣ ਦੀ ਗੱਲ ਨਹੀਂ ਜੀ ਇਹ ਨੋਰਮਲ ਬੇਸਿਕ ਟੈਸਟ ਆਫ ਏ ਹਾਰਟ ਦਾ ਹੈ ਜੀ ਇਹ ਦੇਖੋ ਤੁਸੀਂ ਨੋਰਮਲ ਲੀਡਾਂ ਲੱਗ ਸਕਦੀਆਂ ਨੇ ਜੀ ਇਹ V1 ਹੈ ਜੀ ਇਹ ਉੱਪਰਲੇ ਪਾਸੇ ਲੱਗ ਜਾਂਦੀ ਜੀ ਐਵੇਂ ਠੀਕ ਹੈ ਜੀ ਇਸ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਜੀ ਆਪਣਾ ਪੇਸ਼ੈਂਟ ਆਰਾਮ ਨਾਲ ਲੇਟਿਆ ਹੁੰਦਾ ਜੀ
ਇਹ ਆਪਣੀ ਲੀਡਸ ਜਿਹੜੀਆਂ ਨੇ ਉਹ ਰੈਡੀ ਹੋ ਗਈਆਂ ਨੇ। 6 ਲੀਡਸ ਜਿਹੜੀਆਂ ਚੈਸਟ ਤੇ ਲੱਗ ਗਈਆਂ ਨੇ ਜੀ, 4 ਜਿਹੜੀ ਨੇ ਆਰਮ ਦੇ ਉੱਪਰ ਲੱਗ ਗਈਆਂ ਨੇ। ਸੋ ਕਈ ਵਾਰੀ ਪੇਸ਼ੈਂਟ ਦੇ ਢਿੱਲੇ ਹੋ ਜਾਂਦੀ ਲੀਡ ਵਗੈਰਾ, ਸਕਿਨ ਵਗੈਰਾ ਟਾਈਟ ਹੁੰਦੀ ਹੈ, ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਦਬਾ ਕੇ ਲਗਾਉਣ ਦੀ, ਵਾਲ ਚੰਗੀ ਤਰ੍ਹਾਂ ਰਿਮੂਵ ਕਰ ਲਓ, ਚੰਗੀ ਤਰ੍ਹਾਂ ਟੱਚ ਹੋ ਜਾਏ। ਉਸ ਤੋਂ ਬਾਅਦ ਆਪਾਂ ਕੰਪਿਊਟਰ ਵਾਲੇ ਪਾਸੇ ਚੱਲਾਂਗੇ ਜੀ, ਉਧਰਲੇ ਪਾਸੇ ਕੀ ਆਉਂਦਾ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਕੰਪਿਊਟਰ ਤੇ। ਆਪਾਂ ਲੀਡਸ ਲਾਉਣ ਤੋਂ ਬਾਅਦ ਆਪਾਂ ਈਸੀ ਦੀ ਐਂਟਰੀ ਕਰਨੀ ਹੈ ਜੀ। ਨਿਊ ਰਜਿਸਟ੍ਰੇਸ਼ਨ ਹੈ ਜੀ, ਆਪਣਾ ਪੇਸ਼ੈਂਟ ਨਿਊ ਹੈ ਜੀ। ਇਹ ਚ ਆਪਾਂ ਇਹਨਾਂ ਦਾ ਨਾਮ ਲਿਖਾਂਗੇ। ਇਹਦੇ ਵਿੱਚ ਨਾਮ ਲਿਖਣਾ ਹੁੰਦਾ ਜੀ, ਪੇਸ਼ੈਂਟ ਦੀ ਏਜ ਲਿਖਣੀ ਹੁੰਦੀ ਹੈ ਤੇ ਸੈਕਸ ਲਿਖਣਾ ਹੁੰਦਾ, ਮੇਲ ਹੈ ਜਾਂ ਫੀਮੇਲ ਹੈ ਜੀ। ਇਹਦੇ ਵਿੱਚ ਏਜ ਲਿਖਾਂਗੇ ਆਪਾਂ, ਮੇਲ ਨੇ ਜੀ। ਬਾਕੀ ਰੈਫਰ ਬਾਈ ਸਾਰਾ ਕੁਛ ਡਿਟੇਲ ਵਗੈਰਾ ਚੈੱਕ ਕਰ ਲਓ ਵੀ ਡੇਟ ਸਹੀ ਹੈ ਆਪਣੀ, ਤੇ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਓਕੇ ਜੀ। ਓਕੇ ਕਰਨ ਤੋਂ ਬਾਅਦ ਆਪਣੀ ਲੀਡਸ ਵਗੈਰਾ ਆ ਜਾਂਦੇ ਨੇ, ਇਹ ਆਪਾਂ ਰਿਕਾਰਡਿੰਗ ਲਾਵਾਂਗੇ ਜੀ। ਨੋਰਮਲ ਆਪਣੀ ਈਸੀ ਜੀ ਚੱਲ ਰਹੀ ਹੈ ਜੀ, ਕੋਈ ਤਕਲੀਫ ਤਾਂ ਨਹੀਂ ਹੋ ਰਹੀ, ਪੇਸ਼ੈਂਟ ਨੂੰ ਆਰਾਮ ਨਾਲ ਲੇਟੇ ਨੇ ਜੀ, ਈਸੀ ਜੀ ਆਪਣੀ ਰਿਕਾਰਡਿੰਗ ਹੋ ਰਹੀ ਹੈ ਜੀ। ਈਸੀ ਜੀ ਆਪਣੀ ਰਿਕਾਰਡ ਹੋ ਚੁੱਕੀ ਹੈ ਜੀ ਸਾਰੀ। ਉਸ ਤੋਂ ਬਾਅਦ ਆਪਾਂ ਸੇਵ ਕਰਕੇ ਆਪਾਂ ਇਹਦੀ ਰਿਪੋਰਟਸ ਵਗੈਰਾ ਦਿਖਾਵਾਂਗੇ ਡਾਕਟਰ ਸਾਹਿਬ ਨੂੰ। ਇਹ ਆਪਣੀ ਰਿਪੋਰਟ ਸੀ, ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਸਾਹਿਬ ਨੂੰ ਚੈੱਕ ਕਰਾਵਾਂਗੇ ਕਿ ਈਸੀ ਜੀ ਕੀ ਹੈ। ਸੋ ਪਲੀਜ਼ ਕਾਲ ਕਰਕੇ ਡਾਕਟਰ ਸਾਹਿਬ ਨੂੰ ਤੁਸੀਂ ਸੱਦ ਸਕਦੇ ਹੋ ਵੀ ਦੇਖੋ ਆਣ ਕੇ ਈਸੀ ਜੀ ਪੇਸ਼ੈਂਟ ਦਾ ਹਾਲ ਚਾਲ ਪੁੱਛ ਸਕਦੇ। ਈਸੀ ਜੀ ਰਿਕਾਰਡ ਹੋਣ ਤੋਂ ਬਾਅਦ ਆਪਾਂ ਡਾਕਟਰ ਸਾਹਿਬ ਨੂੰ ਕਾਲ ਕਰਕੇ ਦਿਖਾ ਸਕਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਪੇਸ਼ੈਂਟ ਦੀ ਜਿਹੜੀ ਲੀਡਸ ਵਗੈਰਾ ਨੇ ਉਹ ਰਿਮੂਵ ਕਰਦੇ ਹਾਂ ਤੇ ਫਿਰ ਆਪਾਂ ਇਹਨਾਂ ਦਾ ਪ੍ਰਿੰਟ ਆਊਟ ਲੈ ਕੇ ਆਪਾਂ ਉਸ ਤੋਂ ਅੱਗੇ ਕਾਰਵਾਈ ਕੀਤੀ ਜਾਂਦੇ। ਸੋ ਆਪਾਂ ਡਾਕਟਰ ਸਾਹਿਬ ਨੂੰ ਬੁਲਾ ਕੇ ਚੈੱਕ ਕਰਵਾ ਕੇ ਫਿਰ ਬਾਕੀ ਦੇ ਪ੍ਰੋਸੈਸ ਉਸ ਤੋਂ ਬਾਅਦ ਕਰਦੇ ਹਾਂ। ਇਹ ਪੇਸ਼ੈਂਟ ਦੀ ਜਿਹੜੀ ਹੈਗੀ ਨਾ ਪਰਫੈਕਟ ECG ਹੈਗੀ, ਬਹੁਤ ਚੰਗੀ ਰਿਕਾਰਡਿੰਗ ਹੈਗੀ। ਇਹਦਾ ਮਤਲਬ ਇਹ ਹੈਗਾ ਕਿ ਲੀਡ ਬਹੁਤ ਚੰਗੀ ਤਰ੍ਹਾਂ ਲੱਗੀਆਂ ਹੋਈਆਂ, ਲੀਡ ਦੇ ਇਲੈਕਟ੍ਰੋਡ ਦੇ ਜਿਹੜੇ ਜੈਲੀ ਆ ਉਹ ਬਹੁਤ ਚੰਗੀ ਤਰ੍ਹਾਂ ਲੱਗੀ ਹੋਈ ਆ। ਜੇ ਉਹ ਨਾ ਚੰਗੀ ਤਰ੍ਹਾਂ ਲੱਗੀ ਹੋਵੇ ਤੇ ਲੀਡ ਜਿਹੜੀ ਹੈਗੀ ਐਬਨੋਰਮਲ ਆਉਂਦੀ ਆ। ਪਲੱਸ ਕਈ ਵਾਰ ਹੁੰਦਾ ਕਿ ਬਹੁਤ ਮਲਟੀਪਲ ਉਹਦੇ ਵਿੱਚ ਆਰਟੀਫੈਕਟਸ ਆ ਜਾਂਦੇ ਹੈਗੇ, ਜੇ ਉਹ ਹੋ ਜਾਂਦਾ ਮਤਲਬ ਕਿਤੇ ਅਰਥਿੰਗ ਦਾ ਪ੍ਰੋਬਲਮ ਹੈਗਾ ਜਾਂ ਪੇਸ਼ੈਂਟ ਕਿਤੇ ਹੋਰ ਟੱਚ ਕਰ ਰਿਹਾ ਹੈਗਾ ਕਿਸੇ ਮੈਟਲ ਨੂੰ, ਉਹਦੇ ਕਾਰਨ ਇਹ ਬਹੁਤ ਚੰਗੀ ਲੀਡਸ ਆਈਆਂ ਹੋਈਆਂ ਹੈਗੀਆਂ। ਇਹ ਆਪਾਂ ਸਟੱਡੀ ਕਰ ਲੈਂਦੇ ਹੈਗੇ ਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਕਿਤੇ, ਕਿ ਜਿਹੜਾ ਹਾਰਟ ਬੀਟ ਹੈਗੀ ਉਹ ਰੈਗੂਲਰ ਹੈਗੀ, ਜਿਹੜਾ ਹਾਰਟ ਦੇ ਏਰੀਆ ਦੇ ਵਿੱਚ ਕੋਈ ਬਲੱਡ ਘੱਟ ਜਾ ਰਿਹਾ ਹੋਵੇ, ਇਹ ਕਈ ਵਾਰ ਪੋਟੈਸ਼ੀਅਮ ਐਕਸੈਸ ਵਗੈਰਾ ਵੀ ਉਹਦਾ ਵੀ ਦੱਸ ਸਕਦਾ ਹੈਗਾ। ਥਾਇਰੋਇਡ ਦੇ ਬਾਰੇ ਵੀ ਥੋੜਾ ਜਿਹਾ ਕਈ ਵਾਰ ਆਈਡੀਆ ਹੋ ਜਾਂਦਾ ਹੈਗਾ। ਪਹਿਲੇ ਅਸੀਂ ਆਪ ਸਟੱਡੀ ਕਰਦੇ ਹੈਗੇ ਤੇ ਫਿਰ ਆਪਾਂ ਇਹ ਕੰਪਿਊਟਰ ਦੇ ਵਿੱਚ ਆਪੇ ਆਟੋ ਅਨੈਲਿਸਿਸ ਵੀ ਹੈਗਾ। ਆਟੋ ਅਨੈਲਿਸਿਸ ਦਾ ਮਤਲਬ ਹੈਗਾ ਕਿ ਆਪਣੀ ਸੋਫਟਵੇਅਰ ਜਿਹੜੀ ਹੈਗੀ ਉਹ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਦੱਸ ਦਿੰਦਾ ਹੈਗਾ ਕਿ ਈਸੀ ਦੇ ਕੀ ਪ੍ਰੋਬਲਮ ਹੈਗੀ। ਲੇਕਿਨ ਮਸ਼ੀਨ ਮਸ਼ੀਨ ਹੀ ਹੁੰਦੀ ਹੈਗੀ, ਜੋ ਵੀ ਮਸ਼ੀਨ ਕਵੇ ਡਾਕਟਰ ਨੂੰ ਆਪ ਚੈੱਕ ਕਰਕੇ ਦੇਖਣਾ ਚਾਹੀਦਾ ਹੈਗਾ ਕਿ ਉਹਦੇ ਨਾਲ ਅਗਰੀ ਕਰਦਾ ਹੈ ਜਾਂ ਨਹੀਂ ਕਰਦਾ ਹੈਗਾ, ਤੇ ਉਹਦੀ ਫਾਈਨਲ ਰਿਪੋਰਟ ਜਿਹੜੀ ਹੈਗੀ ਡਾਕਟਰ ਨੂੰ ਆਪ ਹੀ ਲਿਖਣੀ ਚਾਹੀਦੀ ਹੈਗੀ। ਇਹਦੇ ਬਾਅਦ ਜਿਹੜਾ ਹੈਗਾ ਆਪਾਂ ਪ੍ਰਿੰਟ ਕਮਾਂਡ ਦੇ ਕੇ ਆਪਾਂ ਡਿਸਾਈਡ ਕਰ ਸਕਦੇ ਕਿਹੜੇ ਕਿਹੜੇ ਇਮੇਜਸ ਪ੍ਰਿੰਟ ਕਰਨੇ ਹੈਗੇ, ਤੇ ਪ੍ਰਿੰਟ ਕਰਕੇ ਉਹ ਫਿਰ ਆਪਾਂ ਪੇਸ਼ੈਂਟ ਨੂੰ ਦੇ ਸਕਦੇ ਹੈਗੇ। ਥੈਂਕ ਯੂ। ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੋਈ ECG ਕਰਾਉਣ ਚ? ਨਹੀਂ, ਕੋਈ ਤਕਲੀਫ ਨਹੀਂ ਹੋਈ। ਇਹ ਆਰਾਮ ਨਾਲ ECG ਹੋ ਜਾਂਦੀ, ਕੋਈ ਤਕਲੀਫ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਆਉਂਦੀ ਜੀ। ਸੋ ਪਲੀਜ਼ ਅਗਰ ਕਈ ਵਾਰੀ ਕਈ ਡਾਕਟਰ ਸਾਹਿਬ ਤੁਹਾਡੇ ਹਾਰਟ ਦੀ ਫੰਕਸ਼ਨਿੰਗ ਦੇਖਣ ਵਾਸਤੇ ECG ਕਹਿੰਦੇ ਨੇ ਤਾਂ ਉਹਨੂੰ ਪ੍ਰੋਪਰ ਤੁਸੀਂ ECG ਕਰਵਾ ਲਿਆ ਕਰੋ। ECG ਕਰਾਉਣ ਚ ਕੋਈ ਤਕਲੀਫ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ, ਨੋਰਮਲ ਟੈਸਟ ਹੈ, ਬੇਸਿਕ ਟੈਸਟ ਹੈ ਹਾਰਟ ਦਾ। ਤੋ ਬਾਕੀ ਆਪਾਂ ਗੱਲਬਾਤ ਕਰਾਂਗੇ ਇਹ ਕਦੋਂ ਕੀਤਾ ਜਾਂਦਾ ਹੈ, ਕਿਵੇਂ ਕੀਤਾ ਜਾਂਦਾ ਹੈ, ਤੇ ਇਹਦੀ ਰਿਕੁਆਇਰਮੈਂਟ ਕਦੋਂ ਹੁੰਦੀ ਹੈ ਜੀ। ਸੋ ਆਪਾਂ ਉਹਨਾਂ ਦੇ ਬਾਰੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਪੂਰੀ। ਸੋ ਇਹਨਾਂ ਨੂੰ ਆਪਾਂ ਕਰਦੇ ਹਾਂ ਉਹਨਾਂ ਫ੍ਰੀ। ਸੋ ਤੁਸੀਂ ਫ੍ਰੀ ਕੋਸ਼ਿਸ਼ ਕਰੋ ਜਦੋਂ ਇਹ ਲੀਡ ਉਤਾਰਦੇ ਹੋ ਤੁਸੀਂ, ਇਹ ਸਾਫ਼ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਤੁਹਾਡੇ ਲੀਡਸ ਦੇ ਉੱਪਰ ਕਾਰਬਨ ਨਾ ਜੰਮੇ।
2 ਤੋਂ 4 ਮਿੰਟ ਦਾ ਟੈਸਟ ਹੈ ਜੀ ਜਿਆਦਾ ਟਾਈਮ ਨਹੀਂ ਲੱਗਦਾ ਇਹਦੇ ਵਿੱਚ ਤੇ ਆਪਣੇ ਹਾਰਟ ਦੀ ਜਿਹੜੀ ਨਾਰਮਲੀ ਫੰਕਸ਼ਨਿੰਗ ਹੈ ਉਸ ਦਾ ਪਤਾ ਲੱਗ ਜਾਂਦਾ ਹੈ ਅੱਜ ਕੱਲ ਇੱਕ ਖਾਸ ਚੀਜ਼ ਦਾ ਖਿਆਲ ਰੱਖਿਓ ਜੀ ਕਰੋਨਾ ਦੀ ਬਿਮਾਰੀ ਤੁਹਾਨੂੰ ਪਤਾ ਮਹਾਮਾਰੀ ਚੱਲ ਰਹੀ ਹੈ ਉਹਦੇ ਵਿੱਚ ਹਰ ਪੇਸ਼ੈਂਟ ਦੀ ਲੀਡ ਲਾਉਣ ਤੋਂ ਪਹਿਲਾਂ ਤੇ ਉਤਾਰਨ ਤੋਂ ਪਹਿਲਾਂ ਸੈਨੇਟਾਈਜ਼ ਜ਼ਰੂਰ ਕਰੋ ਜਿਵੇਂ ਅਸੀਂ ਰੱਖਿਆ ਹੋਇਆ ਜੀ ਸੈਨੇਟਾਈਜ਼ ਤੇ ਸੋ ਪਲੀਜ਼ ਇਹ ਰਿਕੁਐਸਟ ਹੈ ਜੀ ਕਰੋਨਾ ਦੀ ਵਜ੍ਹਾ ਕਰਕੇ ਇਹ ਚੀਜ਼ਾਂ ਦਾ ਸਾਫ਼ ਕਰਨੀਆਂ ਜ਼ਰੂਰੀ ਨੇ ਜੀ ਸੋ ਆਪਾਂ ਡਾਕਟਰ ਐਸ ਐਸ ਸੀਬੀਆ ਮੈਡੀਕਲ ਸੈਂਟਰ ਦੇ ਓਨਰ ਹੈ MBBS MD ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਉਹਨਾਂ ਨੂੰ ਪੁੱਛਦੇ ਹਾਂ ECG ਹੁੰਦੀ ਕੀ ਚੀਜ਼ ਹੈ ਤੇ ਕਦੋਂ ਕੀਤੀ ਜਾਂਦੀ ਹੈ ਸੋ ਡਾਕਟਰ ਸਾਹਿਬ ECG ਇੱਕ ਬਹੁਤ ਹੀ ਬੇਸਿਕ ਟੈਸਟ ਹੈਗਾ ਤੇ ਮੈਂ ਕਹਾਂ ਕਿ ਕਾਰਡੀਓਲੋਜੀ ਸਭ ਤੋਂ ਸਿੰਪਲ ਤੇ ਸਭ ਤੋਂ ਛੋਟਾ ਟੈਸਟ ਕਿਹੜਾ ਹੈਗਾ ਐਂਟਰੀ ਲੈਵਲ ਦਾ ਟੈਸਟ ਕਹਿ ਸਕਦਾ ਉਹ ECG ਆ ਜਿਹੜੀ ECG ਹੈਗੀ ਇਹ ਹਾਰਟ ਦੇ ਜਿਹੜਾ ਇਲੈਕਟ੍ਰਿਕ ਐਕਟੀਵਿਟੀ ਆ ਉਹਨੂੰ ਰਿਕਾਰਡ ਕਰਦੀ ਆ ਉਹਦੇ ਲਈ ਆਪਾਂ ਸੈਂਸਰ ਲਗਾ ਲੈਂਦੇ ਹੈਗੇ ਜਿਹੜੇ ਇਲੈਕਟ੍ਰੋਡ ਕਹਿੰਦੇ ਹੈਗੇ 6 ਇਲੈਕਟ੍ਰੋਡ ਛਾਤੀ ਦੇ ਉੱਤੇ ਤੇ ਬਾਹਾਂ ਦੇ ਲੱਤਾਂ ਦੇ ਉੱਤੇ ਇੱਕ ਇਲੈਕਟ੍ਰੋਡ ਲਗਾ ਕੇ ਉਹਦੇ ਨਾਲ ਫਿਰ ਇਲੈਕਟ੍ਰਿਕ ਜਿਹੜਾ ਸਿਗਨਲ ਪਿਕਅਪ ਹੁੰਦਾ ਹੈਗਾ ਉਹ ਇੱਕ ਮਾਡਲ ਵਿੱਚ ਜਾਂਦਾ ਹੈਗਾ ਇੱਥੋਂ ਅਨਾਲਿਸਿਸ ਹੋ ਕੇ ਇਹ ਕੰਪਿਊਟਰ ਜਾਂਦਾ ਹੈਗਾ ਤੇ ਕੰਪਿਊਟਰ ਨੂੰ ਐਨਾਲਾਈਜ਼ ਕਰਕੇ ਸਕਰੀਨ ਦੇ ਉੱਤੇ ਉਹਨੂੰ ਐਨਾਲਾਈਜ਼ ਕਰਕੇ ਉਹਦਾ ਇੱਕ ਗ੍ਰਾਫ ਦਿੰਦਾ ਹੈਗਾ ਤੇ ਇਹ ਗ੍ਰਾਫ ਜਿਹੜਾ ਹੈਗਾ ਆਪਾਂ ਨੂੰ ਬਹੁਤ ਕੁਝ ਦੱਸਦਾ ਹੈਗਾ ਇਹ ਦੱਸਦਾ ਹੈਗਾ ਕਿ ਹਾਰਟ ਦੇ ਰਿਦਮ ਕਿਵੇਂ ਆ ਸਪੀਡ ਕੀ ਆ ਇਲੈਕਟ੍ਰਿਕ ਐਕਟੀਵਿਟੀ ਕਿਵੇਂ ਆ ਹਾਰਟ ਦੀ ਹਾਰਟ ਦੇ ਜਿਹੜਾ ਹੈਗਾ ਰੇਟ ਕੀ ਹੈਗਾ ਤੇ ਉਹ ਰੈਗੂਲਰ ਹੈ ਜਾਂ ਨਹੀਂ ਇਹ ਆਈਡੀਆ ਦਿੰਦਾ ਹੈਗਾ ਕਿ ਜਿਹੜਾ ਹਾਰਟ ਹੈਗਾ ਉਹਨੂੰ ਕਿਹੜੇ ਹਿੱਸੇ ਨੂੰ ਕਿੰਨਾ ਬਲੱਡ ਜਾ ਰਿਹਾ ਹੈਗਾ ਜੇ ਬਲੱਡ ਘੱਟ ਜਾ ਰਿਹਾ ਹੈਗਾ ਉਹ ਦੱਸਦਾ ਹੈਗਾ ਚਾਈਨਾ ਦਾ ਜੇ ਹਾਰਟ ਅਟੈਕ ਹੋਇਆ ਹੋਵੇ ਉਹ ਦੱਸਦਾ ਤੇ ਇੱਕ ਚੀਜ਼ ਜ਼ਰੂਰ ਯਾਦ ਰੱਖਣ ਵਾਲੀ ਹੈਗੀ ਕਿ ਇਹ ਬਹੁਤ ਬੇਸਿਕ ਟੈਸਟ ਹੈਗਾ ਤੇ ਜੇ ਨੈਗੇਟਿਵ ਹੋਵੇ ਤੇ ਇਹਦੀ ਰਿਲਾਇਬਿਲਿਟੀ ਬਹੁਤ ਘੱਟ ਹੈਗੀ ਜੇ ਪੋਜ਼ਿਟਿਵ ਹੋਵੇ ਤੇ ਰਿਲਾਇਬਿਲਿਟੀ ਜ਼ਿਆਦੇ ਆ ਇਸ ਕਰਕੇ ਜੇ ਕਿਸੇ ਨੂੰ ਲੱਛਣ ਹੈਗੇ ਹਾਰਟ ਅਟੈਕ ਦੇ ਤੇ ਇਹ 24 ਤੋਂ 48 ਘੰਟੇ ਤੱਕ ਲੱਗ ਸਕਦੇ ਹੈਗੇ ECG ਦੇ ਵਿੱਚ ਉਹਦੇ ਫਿਗਰਸ ਆਉਣ ਦੇ ਲਈ ਇਸ ਕਰਕੇ ਜੇ ਕਿਸੇ ਨੂੰ ਕੋਈ ਇਹੀ ਪ੍ਰੋਬਲਮ ਹੈਗੀ ਤੇ ਜ਼ਰੂਰੀ ਆ ਕਿ ECG ਰਿਪੀਟ ਕੀਤੀ ਜਾਏ 24 ਤੋਂ 48 ਘੰਟੇ ਦੇ ਵਿੱਚ ਤੇ ਜੇ ਆਪਾਂ ਨੂੰ ਫਿਰ ਵੀ ਡਾਊਟ ਹੈਗਾ ਤੇ ਬਾਕੀ ਟੈਸਟ ਕਰਕੇ ਆਪਾਂ ਨੂੰ ਕਨਫਰਮ ਕਰ ਦੇਣਾ ਚਾਹੀਦਾ ਇਹਦੇ ਮੈਂ ਇੱਕ ਛੋਟੀ ਜਿਹੀ ਚੀਜ਼ ਐਡ ਕਰਨਾ ਚਾਹੂੰਗਾ ਕਿ ਨਵੀਂ ਡਿਵੈਲਪਮੈਂਟਸ ਕੀ ਹੋ ਰਹੀਆਂ ECG ਦੇ ਵਿੱਚ ਨਵੀਆਂ ਡਿਵੈਲਪਮੈਂਟਸ ਇਹ ਹੋ ਰਹੀਆਂ ਹੈਗੀਆਂ ਕਿ ਮਲਟੀਪਲ ਇਲੈਕਟ੍ਰੋਡਸ ਅੱਗੇ ਦੇ ਪਿੱਛੇ ਲਗਾ ਕੇ ਬਹੁਤ ਹਾਈਲੀ ਸੋਫਿਸਟੀਕੇਟਡ ਕੰਪਿਊਟਰ ਦੇ ਨਾਲ ਉਹਨੂੰ ਐਨਾਲਾਈਜ਼ ਕਰਕੇ ਇੱਕ ਅਜਿਹੀ ਪਿਕਚਰ ਵੀ ਆ ਜਾਂਦੀ ਹੈਗੀ ਜਿਹੜਾ ਕਿ ਦੱਸਦੀ ਹੈਗੀ ਕਿ ਬਹੁਤ ਜ਼ਿਆਦਾ ਐਕੂਰੇਸੀ ਦੇ ਨਾਲ ਇੱਕ ਫਿਗਰ ਆ ਜਾਂਦੀ ਹੈਗੀ ਜਿਹੜੀ ਦਰਸਾਉਂਦੀ ਹੈ ਕਿ ਕਿਹੜੇ ਬਲੱਡ ਵੈਸਲ ਦੇ ਏਰੀਆ ਵਿੱਚ ਕਿੰਨਾ ਬਲੱਡ ਘੱਟ ਜਾ ਰਿਹਾ ਹੈਗਾ ਕਿੰਨਾ ਵੱਧ ਜਾ ਰਿਹਾ ਹੈਗਾ ਉਸ ਸਮ ਲੇਕਿਨ ਅਜੇ ਹੋਈ ਹੈ ਜੇ ਟੈਸਟ ਜਿਹੜੇ ਹੈਗੇ ਇੰਡੀਆ 'ਚ ਨਹੀਂ ਆਏ ਹੈਗੇ ਲੇਕਿਨ ਫਿਊਚਰ ਮੈਂ ਦੇਖ ਰਿਹਾ ਹੈਗਾ ਕਿ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਐਂਜੀਓਗ੍ਰਾਫੀ ਨਾਲ ਮਿਲ ਰਹੀ ਆ ਸ਼ਾਇਦ ਆਉਣ ਵਾਲੇ ਟਾਈਮ 'ਚ ਆਪਾਂ ਨੂੰ ECG ਤੋਂ ਵੀ ਮਿਲ ਸਕੇ ECG ਤੋਂ ਡਰਨ ਵਾਲੀ ਕੋਈ ਗੱਲ ਨਹੀਂ 40 ਸਾਲ ਦੇ ਬਾਅਦ ਮੈਂ ਐਡਵਾਈਸ ਕਰਦਾ ਹੈਗਾ ਕਿ ਹਰੇਕ ਨੂੰ ਸਾਲ 'ਚ ਘੱਟੋ ਘੱਟ ਇੱਕ ਵਾਰ ECG ਜ਼ਰੂਰ ਕਰਾ ਲੈਣੀ ਚਾਹੀਦੀ ਹੈ ਥੈਂਕ ਯੂ ਸੋ ਇਹ ਸੀਗੇ ਡਾਕਟਰ ਐਸ ਐਸ ਸੀਬੀਆ ਜੀ ਜਿਨ੍ਹਾਂ ਨੇ ਤੁਹਾਨੂੰ ECG ਬਾਰੇ ਬਹੁਤ ਵਧੀਆ ਤਰ੍ਹਾਂ ਜਾਣਕਾਰੀ ਦਿੱਤੀ ਹੈ ਇਸੇ ਤਰ੍ਹਾਂ ਦੀਆਂ ਵੀਡੀਓ ਅਸੀਂ ਤੁਹਾਨੂੰ ਦੇਖਦੇ ਰਹਾਂਗੇ ਸਾਡਾ ਚੈਨਲ ਹੈ ਜੀ ਸੀਬੀਆ ਮੈਡੀਕਲ ਸੈਂਟਰ ਸੋ ਪਲੀਜ਼ ਉਸਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਆਉਣ ਵਾਲੀਆਂ ਹੈਲਥ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਵੀਡੀਓ ਹੈ ਅਸੀਂ ਅਪਲੋਡ ਕਰਦੇ ਰਹਾਂਗੇ ਸੋ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਨੇ ਕਿਸੇ ਨੂੰ ਵੀ ਸਾਹ ਚੜ੍ਹਦਾ ਜਾਂ ਤਕਲੀਫ ਹੁੰਦੀ ਹੈ ਜਾਂ ਕੋਈ ਬੇਸਿਕ ਟੈਸਟ ਹੈ ECG ਤੁਹਾਨੂੰ ਕਰਕੇ ਦਿਖਾ ਦਿੱਤਾ ਜੀ ਸੋ ਪਲੀਜ਼ ਜ਼ਰੂਰ ਕਰਵਾ ਲਿਆ ਕਰੋ ਸੋ ਸਾਰੇ ਸੋ ਕਿਸੇ ਤਰ੍ਹਾਂ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੇ ਸਾਡਾ ਵਟਸਐਪ ਨੰਬਰ ਹੈ ਜੀ 9814034818 ਸੀਬੀਆ ਮੈਡੀਕਲ ਸੈਂਟਰ ਦੀ ਵੈਬਸਾਈਟ ਵੀ ਹੈ ਜੀ ਸੀਬੀਆ ਮੈਡੀਕਲ ਸੈਂਟਰ ਤੁਸੀਂ ਉਹ ਵੀ ਸਰਚ ਕਰ ਸਕਦੇ ਹੋ ਅਸੀਂ ਤੁਹਾਨੂੰ ਇੱਕ ਫ੍ਰੀ ਬੁੱਕਸ ਭੇਜਾਂਗੇ ਹੈਲਥ ਦੇ ਰਿਲੇਟਡ ਜੋ ਵੀ ਤੁਹਾਡੀ ਬੁੱਕਸ ਹੈ ਉਹ ਫ੍ਰੀ ਦਿੱਤੀ ਜਾਵੇਗੀ ਸੋ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਸਾਡੇ ਮੋਬਾਈਲ ਨੰਬਰ ਤੇ ਸਾਨੂੰ ਈਮੇਲ ਕਰ ਸਕਦੇ ਹੋ ਸਾਡੀ ਵੈਬਸਾਈਟ ਤੇ ਜਾਓਗੇ ਸਾਡੀ ਸਾਰੇ ਟ੍ਰੀਟਮੈਂਟ ਦੀ ਡਿਟੇਲ ਉੱਥੇ ਹੈ ਜੀ ਅਸੀਂ ਬਿਨਾਂ ਨੋਨ ਸਰਜਰੀ ਦੇ ਜਿੰਨੇ ਵੀ ਟ੍ਰੀਟਮੈਂਟ ਨੇ ਸਾਡੇ ਸੀਬੀਆ ਮੈਡੀਕਲ ਸੈਂਟਰ 'ਚ ਹੁੰਦੇ ਨੇ ਸੋ ਪਲੀਜ਼ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਸੀਬੀਆ ਮੈਡੀਕਲ ਸੈਂਟਰ ਸਿਵਲ ਲਾਈਨ ਲੁਧਿਆਣਾ ਦੇ ਵਿੱਚ ਸਤਿ ਸ਼੍ਰੀ ਅਕਾਲ